ਨਹੀਂ ਜਾਂਦਾ ਵੀ ਗ੍ਰਾਂਡ ਜੇ ਮਿਲ ਜਾਂਦੀ ਤਾਂ ਚਲੋ ਪ੍ਰਬੰਧ ਕੋਈ ਨਾ ਕੋਈ ਹੋ ਜਾਂਦਾ। ਅਤੇ ਅੱਛਾ ਇਹ ਆਪਣੇ ਕੋਈ ਗਰਾਊਂਡ ਜਾਂ ਪਾਰਕ ਹੈ? ਗਰਾਊਂਡ ਸਰ ਸਕੂਲ ਦੇ ਨਾਲ ਹੀ ਆ। ਇਹ ਵੀ ਜਿਹੜੀ ਜ਼ਮੀਨ ਆ ਪਹਿਲਾਂ ਜਿਹੜੇ ਸਰਪੰਚ ਬਣਦੇ ਹੁੰਦੇ ਸੀ ਇਹ ਪਹਿਲੀ ਠੇਕੇ 'ਤੇ ਦਿੰਦੇ ਹੁੰਦੇ ਸੀ। ਇਹ ਗਰਾਊਂਡ ਜਿਹੜੀ ਆ ਇਹ ਗਰਾਊਂਡ ਜਿਹੜੀ ਪਹਿਲੀ ਠੇਕੇ 'ਤੇ ਦਿੰਦੇ ਹੁੰਦੇ ਸੀਗੇ। ਸਾਡੇ ਧੜੇ ਦਾ ਪਹਿਲਾ ਸਰਪੰਚ ਬਣਿਆ ਕੁਲਵੰਤ ਸਿੰਘ ਹੋਰਾ। ਅੱਛਾ ਜੀ। ਅਤੇ ਜਿੱਦਣ ਉਹ ਸਰਪੰਚ ਬਣ ਗਏ ਆ ਉਦਣ ਹੀ ਆਪਾਂ ਉਦੋਂ ਮੇਰੀ ਕਾਫੀ ਜਵਾਨ ਉਮਰ ਸੀਗੀ ਜਿੱਦਣ ਸਰਪੰਚ ਬਣੇ ਆ ਉਦਣ ਹੀ ਪਹਿਲਾ ਸਵਾਲ ਸਾਡਾ ਉਹਨਾਂ ਨੂੰ ਇਹ ਸੀਗਾ ਕਿ ਵੀਰ ਜੀ ਅੱਜ ਤੋਂ ਬਾਅਦ ਇਹ ਜ਼ਮੀਨ ਠੇਕੇ 'ਤੇ ਨਹੀਂ ਚੜੂਗੀ ਇਹਦੇ ਬੱਚੇ ਖੇਡਣਗੇ। ਅਤੇ ਉਹਨਾਂ ਉਦਣ ਹੀ ਸਾਡੇ ਨਾਲ ਪ੍ਰੋਮਿਸ ਕਰ ਦਿੱਤਾ ਕਿ ਅੱਜ ਤੋਂ ਬਾਅਦ ਇਹ ਜ਼ਮੀਨ ਜਿਹੜੀ ਠੇਕੇ 'ਤੇ ਨਹੀਂ ਚੜੂਗੀ ਇਹ ਬੱਚਿਆਂ ਦੇ ਖੇਡਣ ਲਈ ਹੋਊਗੀ। ਉਹ ਗਰਾਊਂਡ ਵੀ ਜਿਹੜੀ ਮੈਂ ਜਦੋਂ ਚਾਰ ਦੁਆਰੀ ਕੀਤੀ ਆ ਉਸ ਦੇ ਨਾਲ ਹੀ ਬਣਦੀ। ਜਿਮ ਜਿਹੜੀ ਆ ਮੇਰੇ ਤੋਂ ਬਾਅਦ ਸਰਪੰਚ ਬਣਿਆ ਜਿਹੜਾ ਹੁੰਦਾ ਜੀ। ਹਾਂਜੀ ਹਾਂਜੀ। ਤੇ ਉਹਨੂੰ ਜਿਮ ਦੀ ਗ੍ਰਾਂਟ ਆਈ ਸੀ ਉਹਨੇ ਜਿਮ ਦਾ ਸਮਾਨ ਲੈ ਕੇ ਦਿੱਤਾ ਸੀਗਾ ਮੈਂ ਵੀ ਨਾਲ ਸੀਗਾ। ਅਤੇ ਸਾਡੇ ਕੋਲ ਬਿਲਡਿੰਗ ਦੀ ਕਮੀ ਹੋਣ ਕਰਕੇ ਫਿਰ ਸਕੂਲ ਦੀ ਬਿਲਡਿੰਗ ਦੇ ਵਿੱਚ ਜਿਹੜਾ ਸਮਾਨ ਲੱਗ ਜਾਂਦੀ ਆਪਾਂ ਉਹ ਟੀਚਰਾਂ ਦੀ ਸਹਿਮਤੀ ਦੇ ਨਾਲ ਅਤੇ ਇੱਕ ਸਾਈਡ ਵਾਲਾ ਕਮਰਾ ਜਿਹੜਾ ਰੱਖਿਆ ਉਹ ਦੇਖਦਾ ਸੀਗਾ ਅਤੇ ਉੱਥੇ ਆਪਾਂ ਜਿਮ ਲਗਾਉਣ ਲੱਗ ਪਏ। ਅਤੇ ਸਰ ਆਪਣੇ ਸਕੂਲ ਬਸ ਇਹਨਾਂ ਦਾ ਤੇ ਹੁਣ ਇਹੋ ਹੀ ਆ ਜੀ। ਵੇਖੋ ਹਰ ਇੱਕ ਸਕੂਲ ਨੂੰ ਪੇਂਟ ਕਰੀ ਜਾਂਦੇ ਗੇਟ ਦੇ ਬਾਹਰ ਫੁੱਲ ਬੂਟੇ ਲਾਈ ਜਾਂਦੇ ਆ ਤੇ ਬਸ ਜੀ ਅੰਦਰੋਂ ਸਕੂਲ ਦਾ ਜੋ ਵੀ ਪੋਜੀਸ਼ਨ ਹੋਏ ਉਹ ਕੋਈ ਗੱਲ ਨਹੀਂ। ਸਹੀ ਗੱਲ। ਤੇ ਸਰ ਆਪਣੇ ਉਹਦੀ ਹੈਗਾ ਦੂਜਾ ਸਕੂਲ ਜਿਹੜਾ ਹੁੰਦਾ ਆਂਗਨਵਾੜੀ ਆਂਗਨਵਾੜੀ ਹੈਗਾ ਜੀ ਉਹਦੀ ਬਿਲਡਿੰਗ ਲੱਗ ਗਿਆ ਕਿ ਉਹਦੀ ਬਿਲਡਿੰਗ ਲੱਗ ਗਿਆ ਜੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਣੀ ਜੀ। ਅੱਛਾ ਉਹ ਵੀ ਤੁਹਾਡੇ ਉਹ ਵੀ ਬਣਾਇਆ ਮੇਰੇ ਤੋਂ ਬਾਅਦ ਜਿਹੜਾ ਮੁੰਡਾ ਸਰਪੰਚ ਬਣਿਆ। ਅੱਛਾ ਅਕਾਲੀ ਦਲ ਦਾ ਉਹਨਾਂ ਨੇ ਬਣਾਇਆ ਉਹ ਵੀ ਉਹਨੇ ਬਣਾਇਆ ਕੰਮ ਸਾਰਾ ਅਕਾਲੀ ਦਲ ਨੇ ਕੀਤਾ ਸਰ। ਬਿਲਕੁਲ ਜੀ। ਤੇ ਸਰ ਕਾਂਗਰਸ ਦੇ ਜਿਹੜੇ ਸਰਪੰਚ ਇਹਨਾਂ ਕੀ ਕੀਤਾ? ਕਾਂਗਰਸ ਦੇ ਸਰਪੰਚਾਂ ਨੇ ਬਿਆਨ ਦਿੱਤੇ ਜੀ ਉਹਦਾ ਬਿਆਨ ਜ਼ਰੂਰ ਦਿੱਤੇ ਆ। ਹਾਂ ਗਲੀਆਂ ਬਣੀਆਂ ਨੇ ਪਿੰਡ ਦੀਆਂ ਜਿਹੜੀ ਗੱਲ ਹੈਗੀ ਸੱਚਾਈ ਆ ਸੱਚਾਈ ਆ ਪਰ ਉਹ ਵੀ ਸੂਬਾ ਗਵਰਨਮੈਂਟ ਦੀ ਇੱਕ ਵੀ ਗ੍ਰਾਂਟ ਨਹੀਂ ਆਈ ਜੀ। ਉਹ ਸਾਰਾ ਹੀ ਜਿਹੜਾ ਮਨਰੇਗਾ ਸਕੀਮ ਆ ਉਹਦੇ ਅਧੀਨ ਬਣੀਆਂ ਨੇ। ਹੁਣ ਇੰਟਰਲੋਕ ਲਾਈਆਂ ਨੇ ਪਿੰਡ ਦੀਆਂ ਇੰਟਰਲੋਕ ਲੱਗੀਆਂ ਨੇ। ਇਹ ਮੇਰੀ ਅੱਗੇ ਇੱਕ ਦਿਨ ਮੇਰੇ ਕਾਂਗਰਸੀ ਵੀਰ ਨਾਲ ਬਹਿਸ ਹੋਣ ਡੀ ਸੀ ਤੇ ਉਹਨੂੰ ਮੈਂ ਕਿਹਾ ਤੁਹਾਡੀ ਸਰਕਾਰ ਨੇ ਇੱਕ ਵੀ ਰੁਪਈਆ ਜਿਹੜਾ ਡਿਵੈਲਪਮੈਂਟ ਵਾਸਤੇ ਨਹੀਂ ਖਰਚਿਆ। ਅੱਛਾ ਜੀ। ਜੇ ਉਹਨਾਂ ਖਰਚਿਆ ਨਹੀਂ ਤੇ ਘੱਟੋ ਘੱਟ ਪੰਜਾਬ ਦਾ ਕਰਜ਼ਾ ਹੀ ਲਾਇਆ ਹੁੰਦਾ। ਕਰਜ਼ਾ ਹੀ ਲਾਇਆ। ਤੇ ਬਾਕੀ ਜੀ ਉਹ ਕਾਗਜ਼ਾਂ 'ਚ ਕੀ ਕੀਤਾ ਕੀ ਨਹੀਂ ਕੀਤਾ ਹੁਣ ਸਰਕਾਰਾਂ ਜਾਣਦੀਆਂ ਨੇ। ਤੇ ਇਹ ਜਿਹੜੇ ਪਿੰਡਾਂ 'ਚ ਪੈਸੇ ਲੱਗੇ ਵੀ ਨੇ ਥੋੜ੍ਹੇ ਬਹੁਤੇ ਇਹ ਸਾਰੇ ਮਨਰੇਗਾ ਸਕੀਮ ਅਧੀਨ ਹੀ ਲੱਗੇ ਨੇ ਪੰਜਾਬ ਗਵਰਨਮੈਂਟ ਨੇ ਮੇਰਾ ਨਹੀਂ ਖਿਆਲ ਕੋਈ ਗ੍ਰਾਂਟ ਦਿੱਤੀ। ਤੇ ਅੱਛਾ ਸਰ ਅਸੀਂ ਤੁਹਾਡੇ ਪਿੰਡ ਦੇ ਵਿੱਚ ਦੁਆਰੀ ਦਾ ਕੰਮ ਜਿਹੜਾ ਸ਼ੁਰੂ ਹੋ ਜਾਣਾ ਚਾਹੀਦਾ ਅਤੇ ਉਹ ਅਗਲੇ ਕਿ ਦੂਜੇ ਕਿ ਤੀਜੇ ਦਿਨ ਪੱਥਰ ਆਉਣਾ ਸ਼ੁਰੂ ਹੋ ਗਿਆ ਸੀਗਾ ਉਹ ਵੀ ਮੈਂ ਭੂਮੀ ਰੱਖਿਆ ਮਹਿਕਮੇ ਥਰੂ ਛੱਪੜ ਦੀ ਚਾਰ ਦੁਆਰੀ ਕਰਾਈ। ਫਿਰ ਮੈਨੂੰ ਕੋਈ ਪਾਈਪ ਲਾਈਨ ਵਿਛਾਉਣ ਲਈ ਜ਼ਮੀਨ ਨਹੀਂ ਸੀ ਦਿੰਦਾ। ਅੱਛਾ ਜੀ। ਫਿਰ ਮੈਂ ਸੜਕ ਦੇ ਵਿੱਚ ਪੁੱਟ ਕੇ ਪਾਈਪ ਮੈਂ ਆਪਣੀ ਜ਼ਮੀਨ ਦੇ ਵਿੱਚ ਜਾ ਕੇ ਕੱਢੇ ਅਤੇ ਫਿਰ ਉਹਦੀ ਪਾਣੀ ਦੀ ਨਿਕਾਸੀ ਜਿਹੜੀ ਆ ਉਹ ਅਜੇ ਵੀ ਮੋਟਰ ਥਰੂ ਹੁੰਦੀ ਆ ਜੀ ਆਪਣੇ ਆਪ ਪਾਣੀ ਨਹੀਂ ਪਿੰਡ ਦਾ ਨਿਕਲਦਾ। ਅੱਛਾ ਜਦੋਂ ਕਿ ਮੋਟਰ ਲਾਉਣੀ ਪੈਂਦੀ ਆ। ਅੱਜ ਵੀ ਸਰ ਜਦੋਂ ਬਾਰਿਸ਼ ਜ਼ਿਆਦਾ ਹੋ ਜਾਂਦੀ ਆ ਤਾਂ ਪਿੰਡ ਦੀਆਂ ਗਲੀਆਂ ਦੇ ਵਿੱਚ ਫੁੱਟ ਫੁੱਟ ਪਾਣੀ ਖੋ ਜਾਂਦਾ ਅਤੇ ਉਹਨੂੰ ਫਿਰ ਮੋਟਰ ਚਲਾ ਕੇ ਜਿੰਨਾ ਚਿਰ ਮੋਟਰ ਚਲਾ ਕੇ ਪਾਣੀ ਨੀਵਾਂ ਨਹੀਂ ਹੁੰਦਾ ਉਹਨਾਂ ਚਿਰ ਪਿੰਡ ਦੇ ਲੋਕ ਜਾਂ ਤਾਂ ਪਾਣੀ ਚੋਂ ਹੀ ਲੰਘਦੇ ਆ ਅਤੇ ਜਾਂ ਫਿਰ ਘਰਾਂ 'ਚ ਟੱਕੇ ਰਹਿੰਦੇ ਆ। ਮੈਨੂੰ ਪਤਾ ਲੱਗਿਆ ਸੀ ਕਿ ਥਾਪੜ ਮਾਡਲ ਸਕੀਮ ਜਿਹੜੀ ਆ
ਘਟਵੇ ਜਿਹੜੇ ਹੁੰਦੇ ਜਾਣੇ सेवा केंद्र खोले सी अद्धे बंद कर दिते किथे सानू एक किलोमीटर दी सहूलत मिलदी सी ਕਿੱਥੇ ਹੁਣ ਸਾਨੂੰ 15 ਕਿਲੋਮੀਟਰ ਜਾ ਕੇ ਸਹੂਲਤ ਮਿਲਦੀ ਆ ਤੇ ਨਾਲੇ ਸਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਬੇਰੋਜ਼ਗਾਰੀ ਵੀ ਥੋੜੀ ਜਿਹੀ ਘਟਾਈ ਉਹਨਾਂ ਘਟ ਗਈ ਬਿਲਕੁਲ ਜੀ ਬਿਲਕੁਲ ਉਹਦੇ ਨਾਲ ਬੇਰੋਜ਼ਗਾਰੀ ਬਹੁਤ ਫਰਕ ਪਿਆ ਬੇਰੋਜ਼ਗਾਰੀ ਵੀ ਘਟਾਈ ਸੀ ਇੱਕ ਸੇਵਾ ਕੇਂਦਰ ਬੰਦ ਕੀਤੇ ਇੱਕ ਜਿਹੜੀਆਂ 5 ਰੁਪਏ ਵਾਲੀਆਂ ਬੱਸਾਂ ਸੀ 5 ਰੁਪਏ ਕਿਰਾਏ ਵਾਲੀਆਂ ਸ਼ਹਿਰਾਂ 'ਚ ਲੱਗੀਆਂ ਉਹ ਬੰਦ ਕਰਤੀਆਂ ਬਿਲਕੁਲ ਜੀ ਉੱਥੇ ਵੀ ਬੇਰੋਜ਼ਗਾਰੀ ਘਟਾਈ ਸੀ ਬਿਲਕੁਲ ਜੀ ਜਦੋਂ ਕੋਈ ਵੀ ਕੰਮ ਹੁੰਦਾ ਉਹਦੇ ਵਿੱਚ ਬੇਰੋਜ਼ਗਾਰੀ ਘਟਦੀ ਆ ਸੇਵਾ ਕੇਂਦਰ ਇੱਕ ਪਿੱਛੇ 2-3 ਪਰਿਵਾਰਾਂ ਨੂੰ ਰੋਜ਼ਗਾਰ ਮਿਲਦਾ ਸੀ ਸਰ ਇੱਕ ਮੇਰੇ ਖਿਆਲ ਨਾਲ ਸੇਵਾ ਕੇਂਦਰ ਦੇ ਵਿੱਚ ਜ਼ਿਆਦਾ ਨਹੀਂ ਤੇ 5-6 ਜਣੇ ਲੱਗੇ ਹੁੰਦੇ ਸੀ ਸਰ ਉਹਦੇ ਹਿਸਾਬ ਨਾਲ ਲਾ ਲਓ 600-700 ਸੇਵਾ ਕੇਂਦਰ ਬੰਦ ਕੀਤਾ ਹਾਂਜੀ ਤੇ ਉਹਦੇ ਹਿਸਾਬ ਨਾਲ 3-3.5 ਹਜ਼ਾਰ ਬੰਦਾ ਜਿਹੜਾ ਉਹਨੂੰ ਬੇਰੋਜ਼ਗਾਰ ਕਰ ਦਿੱਤਾ ਤੇ ਬੱਸਾਂ ਵੇਖ ਲਓ ਸਰ ਦੀ ਗੱਲ ਕਰਦੇ ਹੋ ਅੰਮ੍ਰਿਤਸਰ ਸਾਡਾ ਜਾਣ ਆਉਣ ਹੁੰਦਾ ਰਹਿੰਦਾ ਤੇ ਉਹ ਬੱਸਾਂ ਜਿਹੜੀਆਂ ਨੇ ਉਹ ਬਿਲਕੁਲ ਬੇਕਾਰਾ ਹੋ ਚੁੱਕੀਆਂ ਨੇ ਜਿਹੜੀਆਂ ਸੁਖਬੀਰ ਬਾਦਲ ਜੀ ਨੇ ਮਤਲਬ ਉਹ ਵਧੀਆ ਇੱਕ ਮਾਡਲ ਲਿਆਂਦਾ ਸੀਗਾ ਤੇ ਅੱਜ ਉਹੀ ਜਿਨ੍ਹਾਂ ਨੇ ਕਾਂਗਰਸ ਨੂੰ ਵੋਟ ਪਾਈ ਸੀ ਉਹੀ ਅੱਜ ਸਾਨੂੰ ਕਹਿੰਦੇ ਨੇ ਯਾਰ ਬਾਦਲ ਸਾਹਿਬ ਨੇ ਤਾਂ ਇਹ ਕੰਮ ਕੀਤਾ ਸੀ ਇਹਨਾਂ ਕੋਲ ਤਾਂ ਬੱਸਾਂ ਚਲਾਈਆਂ ਵੀ ਨਹੀਂ ਗਈ ਉਹਨਾਂ ਕਰੋੜਾਂ ਰੁਪਈਏ ਲਾ ਕੇ ਸੜਕਾਂ ਦੇ ਉੱਤੇ ਉਹਦੀਆਂ ਰੋਡਾਂ ਬਣਾ ਦਿੱਤੀਆਂ ਪਰ ਇਹਨਾਂ ਕੋਲੋਂ ਉਹ ਸੜਕਾਂ ਚਲਾਈਆਂ ਵੀ ਬੱਸਾਂ ਚਲਾਈਆਂ ਵੀ ਨਹੀਂ ਗਈਆਂ ਸਹੀ ਗੱਲ ਇਹ ਹਾਲਾਤ ਨੇ ਜੀ ਕਾਂਗਰਸ ਹਾਂ ਸਹੀ ਗੱਲ ਹੈ ਸਰ ਬਿਲਕੁਲ ਸਹੀ ਗੱਲ ਹੈ ਤੁਹਾਡੀ ਅਤੇ ਅੱਛਾ ਸਰ ਤੁਹਾਡੇ ਟਾਈਮ 'ਤੇ ਆਪਣੇ ਫਲੈਸ਼ਾਂ ਦੀ ਸਕੀਮ ਆਈ ਸੀ ਨਹੀਂ ਫਲੈਸ਼ਾਂ ਦੀ ਵੀ ਸਰ ਮੇਰੇ ਤੋਂ ਪਹਿਲਾਂ ਜਿਹੜੇ ਸਰਪੰਚ ਸੀ ਉਹਨਾਂ ਦੇ ਟਾਈਮ ਆਈ ਸੀਗੀ ਅੱਛਾ ਅਤੇ ਉਹ ਵੀ ਮਤਲਬ ਅਕਾਲੀ ਦਲ ਨਾਲ ਰਿਲੇਟਡ ਸੀ ਅਤੇ ਉਹਨਾਂ ਬਣਵਾਈਆਂ ਸੀ ਫਲੈਸ਼ਾਂ ਬਣਵਾਈਆਂ ਸੀ ਠੀਕ ਉਹਨਾਂ ਕੱਚੇ ਮਕਾਨਾਂ ਦੀ ਕੋਈ ਸਕੀਮ ਤੁਹਾਡੇ ਟਾਈਮ 'ਤੇ ਆਈ ਹੋਵੇ ਕੱਚੇ ਮਕਾਨਾਂ ਦੀ ਜੋ ਜੈਨੂਨ ਸੀਗੇ ਉਹ ਮੈਂ ਚੈੱਕ ਦਵਾਏ ਸੀਗੇ ਦਵਾਏ ਸੀਗੇ ਵੈਰੀ ਗੁੱਡ ਕਿੰਨਿਆਂ ਨੂੰ ਸਰ ਕਿੰਨੇ ਪਰਿਵਾਰਾਂ ਨੂੰ ਮੇਰਾ ਖਿਆਲ ਹੈ ਜੀ 5-6 ਪਰਿਵਾਰ ਸੀ ਜਿਨ੍ਹਾਂ ਨੂੰ ਮੈਂ ਦਵਾਏ ਸੀ ਵੈਰੀ ਗੁੱਡ ਅਤੇ ਇਹ ਵੀ ਮਤਲਬ ਸਰ ਅਕਾਲੀ ਦਲ ਦੇ ਟਾਈਮ 'ਤੇ ਹੀ ਅਕਾਲੀ ਦਲ ਦੇ ਵੇਲੇ ਜੀ ਮੈਂ ਜਿਹੜਾ ਵੀ ਕੰਮ ਕੀਤਾ ਡਿਵੈਲਪਮੈਂਟ ਦਾ ਸਾਰਾ ਅਕਾਲੀ ਦਲ ਦੇ ਟਾਈਮ ਅਕਾਲੀ ਦਲ ਦੇ ਵੇਲੇ ਜੀ ਮੇਰੇ ਟਾਈਮ ਦੇ ਸਰਪੰਚੀ ਦੇ ਵਿੱਚ ਕੋਈ ਵੀ ਸਗਨ ਸਕੀਮ ਗਰੀਬ ਦੀ ਹਾਂਜੀ ਹਾਂਜੀ ਮੈਂ ਰਹਿਣ ਨਹੀਂ ਦਿੱਤੀ ਜੀ ਉਦੋਂ ਮੇਰੇ ਖਿਆਲ 5100 ਰੁਪਇਆ ਸੀ ਨਹੀਂ ਜੀ 15000 ਹੋ ਗਈ ਸੀ ਪਹਿਲਾਂ 15000 ਹੋ ਗਿਆ ਪਹਿਲਾਂ 5100 ਹੀ ਫਿਰ 15000 ਹੋ ਗਈ ਤਾਂ ਹੀ ਇਹਨਾਂ ਕਿਹਾ ਸੀ ਕਿ 15000 ਤੋਂ ਮੈਂ 55000 ਕਰੂੰਗਾ ਬਿਲਕੁਲ ਜੀ ਹਾਂਜੀ ਵੱਡੀ ਗੱਲ ਇਹ ਆ ਕਿ ਜਦੋਂ ਸੂਬੇ ਦਾ ਮੁੱਖ ਮੰਤਰੀ ਘਰੋਂ ਨਿਕਲਦਾ ਨਾ ਤੇ ਅਫਸਰ ਸਾਈ ਹਿਲਦੀ ਹੈ ਜੀ ਤੇ ਜਦੋਂ ਕੈਪਟਨ ਸਾਹਿਬ ਮੋਤੀ ਮਹਿਲ ਚੋਂ ਨਿਕਲਣਗੇ ਨਹੀਂ ਤੇ ਫਿਰ ਇਹ ਕਿੱਦਾਂ ਇਹ ਸੰਭਵ ਹੋਊਗਾ ਜਦੋਂ ਸਿਰ ਤੇ ਡੰਡਾ ਹੋਏ ਤੇ ਅਫਸਰ ਕੰਮ ਕਰਦੇ ਨੇ ਨਹੀਂ ਤੇ ਕੋਈ ਵੀ ਕੰਮ ਕਰਕੇ ਰਾਜੀ ਨਹੀਂ ਬਾਦਲ ਸਾਹਿਬ ਘਰੋਂ ਨਿਕਲਦੇ ਸੀ 90-95 ਸਾਲ ਦੀ ਉਮਰ ਦੇ ਵਿੱਚ ਵੀ ਘਰੋਂ ਨਿਕਲਦੇ ਸੀ ਤੇ ਅਫਸਰ ਸਾਹਿਬ ਵੇਖ ਕੇ ਹਿਲਦੀ ਸੀ ਉਹਨਾਂ ਦਾ ਜਦੋਂ ਚੂਲਾ ਟੁੱਟ ਗਿਆ ਸੀ ਉਹ ਤੇ ਉਦੋਂ ਘਰ ਨਹੀਂ ਬੈਠੇ ਉਦੋਂ ਵੀ ਜੀ ਉਹਨਾਂ ਨੇ ਬੱਸ ਬਣਾ ਲਈ ਸੀ ਜਿਹੜੀ ਕਿ ਉਹਨਾਂ ਦੇ ਲਿਫਟ ਜੀ ਲਵਾਲੀ ਸੀ ਬੱਸ ਬਿਲਕੁਲ ਜਿਹੜੀ ਕਿ ਉਧਰ ਦੀ ਬਾਹਰ ਨਿਕਲਦੇ ਸੀ ਉਹ ਬਿਲਕੁਲ ਬਿਲਕੁਲ ਠੀਕ ਹੈ ਉਹ ਉਸ ਟਾਈਮ ਤੇ ਵੀ ਘਰ ਨਹੀਂ ਬੈਠੇ ਉਦੋਂ ਵੀ ਆਪਾਂ ਸੂਬੇ ਵਿੱਚ ਜਦੋਂ ਸਾਡੇ ਹਲਕੇ ਵਿੱਚ ਆਏ ਸੀਗੇ ਆਪਾਂ ਬਾਦਲ ਸਾਹਿਬ ਦੇ ਨਾਲ ਨਾਲ ਵਰਕ ਕੀਤਾ ਵੇਖਦੇ ਰਹੇ ਹਾਂ ਇੱਕ ਵਾਰੀ ਮੈਨੂੰ ਅੰਮ੍ਰਿਤਸਰ ਮੌਕਾ ਮਿਲਿਆ ਸੀਗਾ ਜੀ ਅਤੇ ਟਾਈਮ ਦੇ ਇੰਨੇ ਪਾਬੰਦ ਸੀਗੇ
ਉਹਨਾਂ ਸਾਰਿਆਂ ਨੂੰ ਬੁਲਾਰਿਆਂ ਨੂੰ ਪਿੱਛੇ ਛੱਡ ਕੇ ਕਹਿੰਦੇ ਸੀ ਮੈਨੂੰ ਪਹਿਲਾਂ ਬੁਲਾ ਦਿਓ, ਮੈਂ ਅਗਲੀ ਸਟੇਜ ਤੇ ਆਪਣੇ ਟਾਈਮ ਤੇ ਪਹੁੰਚਣਾ। ਇੰਨੇ ਉਹ ਟਾਈਮ ਦੇ ਪਾਬੰਦ ਰਹੇ ਨੇ ਜੀ। ਸਹੀ ਗੱਲ ਹੈ, ਏਦਾਂ ਬਿਲਕੁਲ ਸਹੀ ਗੱਲ ਤੁਹਾਡੀ, ਏਦਾਂ ਹੀ ਸਹੀ, ਕਿਉਂਕਿ ਅਸੀਂ ਵੀ ਬਾਈਟ ਲੈਂਦੇ ਹਾਂ ਸਾਨਾਂ ਦੀ ਨਾ ਕਿਸੇ ਵੇਲੇ, ਅਤੇ ਸਾਨੂੰ ਵੀ ਉਹ ਕਹਿੰਦੇ ਸੀ ਕਿ ਪਿੰਡ ਦੇ ਵਿੱਚ ਕੋਈ ਜੰਜ ਘਰ ਜਾਂ ਪੰਚਾਇਤ ਘਰ ਜਾਂ ਧਰਮਸ਼ਾਲਾ ਨਹੀਂ ਜੀ, ਤਿੰਨਾਂ ਚੋਂ ਕੁਝ ਨਾ ਤੁਹਾਡੇ ਟਾਈਮ 'ਤੇ ਨਾ ਹੋਣ, ਨਾ ਹੋਣ ਇਹ ਹੈ ਹੀ ਨਹੀਂ ਸਰ। ਨਹੀਂ ਹੈਗਾ ਇਹ ਸਰ, ਜਗ੍ਹਾ ਨਾ ਹੋਣ ਦੇ ਕਾਰਨ ਪੰਚਾਇਤ ਘਰ ਨਹੀਂ ਬਣਿਆ ਕਿ ਜਾਂ ਫੰਡ ਨਾ ਮਿਲਦੇ ਕਾਰਨ ਨਹੀਂ ਬਣਿਆ? ਨਹੀਂ ਜੀ, ਜੇ ਤਾਂ ਫੰਡ ਮਿਲ ਜਾਵੇ ਫਿਰ ਜਗ੍ਹਾ ਦਾ ਇੰਤਜ਼ਾਮ ਤਾਂ ਪਿੰਡ ਵਾਲੇ ਕਰ ਲੈਂਦੇ ਆ ਜੀ। ਕਰ ਲੈਂਦੇ, ਅਜੇ ਤੱਕ ਇਸ ਚੀਜ਼ ਦਾ ਨਾ ਮੇਰੀ ਸਰਕਾਰ 'ਚ ਮਿਲਿਆ ਅਤੇ ਨਾ ਕਾਂਗਰਸ ਦੀ ਸਰਕਾਰ 'ਚ ਮਿਲਿਆ। ਅਤੇ ਤੁਸੀਂ ਸਰ ਇਸ ਬਾਰੇ ਸੋਚਿਆ ਵੀ ਨਹੀਂ? ਮੇਰੇ ਟਾਈਮ ਜੀ ਮੇਨ ਪ੍ਰੋਬਲਮ ਸੀਗੀ ਪਾਣੀ ਦੀ, ਪਾਣੀ ਦੀ ਤੁਸੀਂ ਉੱਧਰ ਜ਼ਿਆਦਾ ਲੱਗੇ ਰਹੇ। ਮੇਰਾ ਇੱਕ ਮੇਰੇ ਸਕੂਲ ਦਾ ਬੜਾ ਮੰਦਾ ਹਾਲ ਸੀਗਾ ਜੀ। ਅੱਛਾ ਜੀ। ਸਕੂਲ ਮੇਰਾ ਸਾਰਾ ਹੀ ਖੁੱਲ੍ਹਾ ਪਿਆ ਸੀ ਜੀ, ਉਹਦੀ ਚਾਰ ਦੀਵਾਰੀ ਦੀ ਗ੍ਰਾਂਟ ਲਈ ਜੀ ਕੋਈ 1.25 ਲੱਖ ਰੁਪਈਆ। ਅੱਛਾ ਅੱਛਾ। ਲੰਗਾਹ ਸਾਹਿਬ ਨੇ ਮੈਨੂੰ ਪਵਾਇਆ, ਉਹਦੇ ਨਾਲ ਮੈਂ ਚਾਰ ਦੀਵਾਰੀ ਕੀਤੀ ਉਹਦੀ, ਅਤੇ ਜੋ ਹਦਾਇਤਾਂ ਉਹਨਾਂ ਨੇ ਦਿੱਤੀਆਂ ਸੀ ਉਹਦੇ ਮੁਤਾਬਕ ਉੱਥੋਂ 10 ਤੋਂ 10 ਨੇ ਜੀ। ਅੱਜ ਵੀ ਉਹ ਚਾਰ ਦੀਵਾਰੀ ਜਿਹੜੀ ਤੁਸੀਂ ਜਦੋਂ ਮਰਜ਼ੀ ਚੈੱਕ ਕਰ ਸਕਦਾ ਮਹਿਕਮਾ। ਉਹ ਸਕੂਲ ਦਾ ਸੁਧਾਰ ਕੀਤਾ ਆਪਾਂ, ਸਕੂਲ ਦੇ ਵਿੱਚ ਕਮਰੇ ਘੱਟ ਸੀਗੇ, ਉਹ ਲਗਾ ਸਾਹਿਬ ਨੇ ਮੈਨੂੰ 2 ਹਾਲਾਂ ਦੇ ਦਿੱਤੇ, 5 ਲੱਖ ਰੁਪਈਆ ਦਿੱਤਾ। ਉਹ 2 ਮੈਂ ਉਹ ਬਣਵਾਏ ਕਮਰੇ, ਲੈਟਰੀਨ ਬਾਥਰੂਮ ਬਣਵਾਏ ਉੱਥੇ ਬੱਚਿਆਂ ਲਈ, ਅਤੇ ਫਿਰ ਮੇਨ ਪਾਣੀ ਦਾ ਮੇਰਾ ਸੀਗਾ ਚੱਕਰ, ਅਤੇ ਉਹ ਮੈਂ ਇਹਨਾਂ ਵੱਲ ਧਿਆਨ ਰੱਖਿਆ ਜੀ। ਅਤੇ ਮਤਲਬ ਸਾਰੇ ਕੰਮ ਫਿਰ ਨਹੀਂ ਹੁੰਦੇ 5 ਸਾਲ ਦੇ ਵਿੱਚ, ਜੇ ਅੱਗੇ ਮੌਕਾ ਮਿਲਦਾ ਤਾਂ ਫਿਰ ਆਪਾਂ ਬਿਲਕੁਲ। ਮੈਂ ਕੋਸ਼ਿਸ਼ ਕਰਦਾ ਕਿ ਆਪਣਾ ਫਰਜ਼ ਜਿਹੜਾ ਉਹਨੂੰ ਪੂਰਾ ਕਰਾਂ, ਅਤੇ ਬਾਕੀ ਤੁਸੀਂ ਵੋਟਾਂ ਦੀ ਗੱਲ ਕਰਦੇ, ਬਾਕੀ ਕਰਦੇ ਹੋ ਸਰਪੰਚ ਦੀ ਗੱਲ, ਅਤੇ ਮੈਂ ਇਸ ਬਾਰੇ ਨਹੀਂ ਮੈਂ ਕੁਛ ਕਹਿ ਸਕਦਾ ਕਿ ਕੋਈ ਮੋਹਰ ਲਾਉਂਦਾ ਜਾਂ ਨਹੀਂ ਲਾਉਂਦਾ, ਇਹ ਪਿੰਡ ਦੇ ਲੋਕਾਂ ਨੇ ਵੇਖਣਾ ਕਿ ਮੈਂ ਕਿੱਦਾਂ ਵਰਤਦਾ ਸੀਗਾ ਅਤੇ ਦੂਸਰਾ ਸਰਪੰਚ ਕਿਸ ਤਰ੍ਹਾਂ ਵਰਤਦਾ। ਮੇਰੀ ਤਾਂ ਕੋਸ਼ਿਸ਼ ਇਹ ਹੁੰਦੀ ਸੀ ਕਿ ਜੇ ਕਿਸੇ ਦਾ ਕੰਮ ਆ ਤਾਂ ਉਹਨੂੰ ਕਹਿਣਾ ਜਾ ਵੀ ਮਿੱਤਰਾ ਤੂੰ ਆਪਣੀ ਦਿਹਾੜੀ ਟੱਪਾ ਕਰ ਅਤੇ ਮੈਂ ਤੇਰਾ ਆਪੇ ਕੰਮ ਕਰਵਾ ਲਿਆ। ਮੈਂ ਕਦੇ ਵੀ ਫਿਰ ਮੇਰੇ ਲਗਭਗ ਮੈਨੂੰ 30 ਸਾਲ ਹੋ ਗਏ ਜੀ ਸਿਆਸਤ ਕਰਦੇ ਨੂੰ, ਜਿੱਥੋਂ ਤੱਕ ਮੇਰਾ ਜ਼ੋਰ ਚੱਲੇ ਮੈਂ ਆਪਣੇ ਪਿੰਡ ਦਾ ਕੇਸ ਥਾਣੇ ਨਹੀਂ ਜਾਣ ਦਿੱਤਾ ਜੀ। ਪਿੰਡ ਦਾ ਕੰਮ ਪਿੰਡ ਦੀ, ਪਿੰਡ ਦਾ ਕੋਈ ਵੀ ਲੜਾਈ ਝਗੜਾ ਹੋਵੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਥਾਣੇ ਮੇਰੇ ਪਿੰਡ ਦੀ ਪਾਰਟੀ ਨਹੀਂ ਜਾਣੀ ਚਾਹੀਦੀ, ਮੈਂ ਇੱਥੇ ਟੇਬਲ 'ਤੇ ਬਹਿ ਕੇ ਮੁਕਾਉਣ ਦੀ ਕੋਸ਼ਿਸ਼ ਕਰਦਾ ਜੀ, ਚਾਹੇ ਕੁਝ ਵੀ ਕਰਨਾ ਪਏ, ਚਾਹੇ ਮੈਨੂੰ ਇੱਕ ਪਾਰਟੀ ਅੱਗੇ ਹੱਥ ਵੀ ਜੋੜਨੇ ਪੈਣ, ਇੱਥੇ ਹੀ ਮੁਕਾਉਣਾ, ਇੱਥੇ ਹੀ ਮੁਕਾਉਣਾ ਜੀ। ਤੁਹਾਡੀ ਜੇ ਸਿਫਤ ਕਰਦੀ ਹੈ 2022 ਦੀ, ਠੀਕ ਹੈ ਜੀ, ਇਹ ਸਰ ਐਤਕਾਂ ਜਿਹੜੀ ਇਲੈਕਸ਼ਨ ਆ ਇਹ ਬੜੀ ਟੱਕਰ ਵਾਲੀ ਇਲੈਕਸ਼ਨ ਆ, ਕਿ ਪਾਰਟੀਆਂ 3-4 ਆ ਗਈਆਂ ਨੇ, ਆਮ ਪਾਰਟੀ ਵੀ ਆ ਗਈ ਆ, ਅਤੇ ਆਮ ਪਾਰਟੀ ਦੇ ਵੀ ਜਿਹੜੇ ਵਰਕਰ ਨੇ ਜਿਹੜੇ ਅਹੁਦੇਦਾਰ ਨੇ ਉਹ ਕਾਫੀ ਸਰ ਮੇਰੇ ਖਿਆਲ ਨਾਲ ਕਈ ਤਾਂ ਹੁਣ ਇੱਕ ਦਿਨ ਦੇਖਿਆ ਸੀ ਅਸੀਂ ਉਹ ਆਪਣੇ ਆਟੋ ਦੇ ਵਿੱਚ ਬੋਲਣ ਡਿਆ ਸੀ ਕਿ ਇਹਨੂੰ ਵੋਟ ਪਾਉਣੀ ਜੀ, ਇਹ ਬੰਦਾ ਬੜਾ ਵਧੀਆ ਇਹਨੂੰ ਵੋਟ ਪਾਓ, ਅਤੇ ਜਿਹੜਾ ਕਿ ਹਾਲੇ ਬੋਲ ਨਹੀਂ ਸਕਦੇ, ਬਿਲਕੁਲ ਹਾਲੇ ਬੋਲ ਨਹੀਂ ਸਕਦੇ, ਚੋਣ ਜਾਬਤੇ ਤੋਂ ਬਾਅਦ ਦੀ ਗੱਲ ਆ ਸਾਰੀ, ਇਹ ਪਹਿਲਾਂ ਕੋਈ ਨਹੀਂ ਇੱਦਾਂ ਬੋਲ ਸਕਦਾ ਅਤੇ ਪਹਿਲਾਂ ਹੀ ਬੁਲਾਉਣ ਡਿਆ ਸੀ, ਅਤੇ ਅਸੀਂ ਤਾਂ ਚਲੋ ਸੁਣ ਕੇ ਲੰਘ ਗਏ ਗਾ, ਅਤੇ ਉਹ ਇੱਦਾਂ ਮਤਲਬ ਉਹਨਾਂ ਨੇ ਆਪਣੀ ਪੂਰੀ ਤਿਆਰੀ ਕਰਨ ਡਿਆ, ਅਤੇ ਪਤਾ ਲੱਗਾ ਹੈ ਸਾਨੂੰ ਸਾਡੇ ਸੂਤਰਾਂ ਕੋਲੋਂ ਕਿ ਸ਼ਾਇਦ ਜਿਹੜੀ ਕਿਸਾਨ ਪਾਰਟੀ ਆ ਇਹ ਵੀ ਮੇਰੇ ਖਿਆਲ ਨਾਲ ਆ ਰਹੇ ਨੇ। ਚਲੋ ਕਿਸਾਨ ਪਾਰਟੀ ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਹੋ, ਹਾਂਜੀ ਉਹ ਇੱਕ ਬੜਾ ਜੈਨੂਅਨ ਸੰਘਰਸ਼ ਹੈ, ਹਾਂਜੀ ਹਾਂਜੀ ਹਾਂਜੀ, ਅਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹ ਹਰ ਵੇਲੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਖੁਦ ਹੀ ਇੱਕ ਜਿਹੜੀ ਕਿਸਾਨਾਂ ਦੀ ਪਾਰਟੀ ਆ, ਅਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹਰ ਵੇਲੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਡਾਲਦੇ, ਬਾਕੀ ਇਹਦੇ ਵਿੱਚੋਂ ਕੋਈ ਸਿਆਸਤ ਲੱਭ ਲਵੇ, ਇਹਦੇ 'ਚੋਂ ਕਿਸਾਨੀ ਸੰਘਰਸ਼ 'ਚੋਂ ਆਪਣੀ ਸਿਆਸਤ ਦੀ ਰੋਟੀ ਪਕਾਉਣੀ ਚਾਹੇ ਉਹ ਉਹਦੀ ਮਰਜ਼ੀ ਆ ਜੀ, ਲੋਕਾਂ ਨੇ ਡਿਵੈਲਪਮੈਂਟ ਵੇਖਣੀ, ਡਿਵੈਲਪਮੈਂਟ ਵੇਖਣੀ ਕਿ ਗਰਾਊਂਡ ਲੈਵਲ ਦੇ ਉੱਤੇ ਕਿੰਨੇ ਕੀ ਕੀਤਾ, ਬਿਲਕੁਲ ਸ਼੍ਰੋਮਣੀ ਅਕਾਲੀ ਦਲ ਨੇ ਕੀ ਕੀਤਾ ਆ, ਆਮ ਆਦਮੀ ਪਾਰਟੀ ਨੇ ਕੀ ਕੀਤਾ ਜਾਂ ਕਾਂਗਰਸ ਨੇ ਕੀ ਕੀਤਾ, ਸਹੀ ਇਹ ਗਰਾਊਂਡ ਲੈਵਲ ਤੇ ਲੋਕਾਂ ਨੇ ਵੇਖਣਾ ਵੀ ਕਿਸਨੇ ਕੀ ਕੀਤਾ। ਤੇ ਆਪਣੇ ਕੇਜਰੀਵਾਲ ਸਾਹਿਬ ਸਰ ਹੁਣੇ ਬਿਆਨ ਦੇਣ ਲੱਗ ਗਏ ਨੇ ਕਿ ਆਪਣਾ ਮੈਂ 300 ਯੂਨਿਟ ਮਾਫ ਕਰੂੰਗਾ ਜੀ ਸ਼ਡਿਊਲ ਕਾਸਟਾਂ ਦੇ, ਅਤੇ ਉਹ ਇਹ ਤਾਂ ਉਹੀ ਗੱਲ ਹੋ ਗਈ ਕਿ ਜਿੱਦਾਂ ਕੈਪਟਨ ਸਾਹਿਬ ਨੇ ਪਹਿਲਾਂ ਬਿਆਨ ਦਿੱਤੇ ਸੀ
ਤੇ ਇਹ ਵੀ ਹੁਣੇ ਬਿਆਨ ਦੇਈ ਜਾਂਦਾ ਕਿ 300 ਯੂਨਿਟ ਮਾਫ ਕਰੂੰਗਾ, ਰੋਜ਼ਗਾਰ ਦਊਂਗਾ, ਹੋਰ ਮੈਂ ਕਈ ਸਕੀਮਾਂ ਲਿਆਊਂਗਾ। ਅਤੇ ਇਹ ਮੰਨ ਲਓ ਵੀ ਜੇ ਹੁਣੇ ਹੀ ਬਿਆਨ ਇਹ ਦੇਣ ਡਿਆ ਤਾਂ ਬਾਅਦ 'ਚ ਪਤਾ ਨਹੀਂ ਇਹ ਵੀ ਇੱਦਾਂ ਹੀ ਇਹਦਾ ਵੀ ਫੋਕੇ ਹੀ ਪੈਰ ਚੱਲਣ। ਦੇਖੋ ਜੀ, ਜਿਹੜੀ ਮਾਫੀਆਂ ਵਾਲੀ ਗੱਲ ਆ ਨਾ, ਮੈਂ ਤਾਂ ਜਿਹੜੀ ਮੇਰੇ ਵਿਚਾਰ ਨੇ ਮਾਫੀਆਂ ਵਾਲੀ ਗੱਲ ਨਾਲ ਮੈਂ ਸਹਿਮਤ ਨਹੀਂ। ਹਾਂਜੀ ਹਾਂਜੀ, ਕਿਉਂਕਿ ਸਰਕਾਰਾਂ ਨੂੰ ਚਾਹੀਦਾ, ਸਾਡੀ ਸਰਕਾਰ ਨੇ ਵੀ ਸਭ ਤੋਂ ਪਹਿਲ ਜਿਹੜੀ ਹੈ ਸਰਕਾਰ ਨੇ, ਮੈਂ ਆਪਾਂ ਛੋਟੇ ਹੁੰਦੇ ਸੀ ਅਤੇ ਕਾਮਰੇਡ ਡਰਾਮਾ ਖੇਡਦੇ ਹੁੰਦੇ ਸੀ ਕਿ ਬਜ਼ੁਰਗ ਮਰ ਗਿਆ ਤਾਂ ਪੈਨਸ਼ਨ ਡੀਕਦਾ ਹੀ, ਪਰ ਉਹਨੂੰ ਪੈਨਸ਼ਨ ਨਹੀਂ ਮਿਲੀ। ਅੱਛਾ ਜੀ, ਸਭ ਤੋਂ ਪਹਿਲਾਂ ਅਕਾਲੀ ਦਲ ਦੇ ਬਾਦਲ ਦੀ ਸਰਕਾਰ ਬਣੀ, ਇਹਨਾਂ 200 ਰੁਪਈਆ ਪੈਨਸ਼ਨ ਲਾਈ, ਸ਼ੁਰੂਆਤ ਕੀਤੀ। ਹਾਂਜੀ, ਉਸ ਤੋਂ ਬਾਅਦ ਵਧਦੀ ਗਈ, ਇਸ ਵੇਲੇ ਮੇਰਾ ਖਿਆਲ 750 ਰੁਪਈਆ। ਬਾਦਲ ਸਾਹਿਬ ਨੇ ਪਹਿਲ ਕੀਤੀ, ਸਮੇਂ ਦੀ ਲੋੜ ਮੁਤਾਬਕ ਬਾਦਲ ਸਾਹਿਬ ਨੇ ਆਟਾ ਦਾਲ ਸਕੀਮ ਚਲਾਈ। ਚਲੋ ਮੈਂ ਕਹਿੰਦਾ, ਚਲੋ ਕੁਝ ਸਮੇਂ ਤੱਕ ਜਿਹੜੀਆਂ ਇਹ ਸਹੂਲਤਾਂ ਨੇ ਮਿਲਣੀਆਂ ਚਾਹੀਦੀਆਂ ਨੇ, ਪਰ ਸਭ ਤੋਂ ਪਹਿਲਾਂ ਗੱਲ ਇਹ ਆ ਕਿ ਸਾਡੀ ਐਜੂਕੇਸ਼ਨ ਅਤੇ ਜਿਹੜਾ ਮੈਡੀਕਲ ਇਹ ਜਿਹੜੀ ਇਹ ਫ੍ਰੀ ਹੋਣਾ ਚਾਹੀਦਾ, ਮੈਡੀਸਨ ਵਗੈਰਾ ਜਿਹੜੀ ਦਵਾਈਆਂ ਦਾ। ਖਾਸ ਕਰਕੇ ਸਰ ਇਹ ਮੈਡੀਸਨ ਮੈਡੀਕਲ ਅਤੇ ਇੱਕ ਆਪਣੀ ਐਜੂਕੇਸ਼ਨ ਇਹ ਫ੍ਰੀ ਹੋਣੀ ਚਾਹੀਦੀ, ਫ੍ਰੀ ਹੋਣੀ ਚਾਹੀਦੀ, ਗਰੀਬ ਤੋਂ ਗਰੀਬ ਦਾ ਬੱਚਾ ਵੀ ਪੜ੍ਹ ਸਕੇ। ਕਈ ਵਾਰੀ ਕੀ ਹੁੰਦਾ ਕਿ ਗਰੀਬ ਦਾ ਬੱਚਾ ਕਾਬਿਲ ਤਾਂ ਹੁੰਦਾ ਪਰ ਉਹਦੀ ਹੈਸੀਅਤ ਨਹੀਂ ਹੁੰਦੀ। ਆਪਾਂ ਤਾਂ ਇਹ ਸਮਝਦੇ ਹਾਂ ਵੀ ਐਜੂਕੇਸ਼ਨ ਫ੍ਰੀ ਕਰ ਦੇਣ, ਕਈ ਵਾਰੀ ਇੱਕ ਗਰੀਬ ਦਾ ਬੱਚਾ ਬਚ ਸਕਦਾ ਪਰ ਉਹਦੇ ਕੋਲ ਇੰਨੀ ਕਾਬਲੀਅਤ ਨਹੀਂ ਹੁੰਦੀ ਕਿ ਬੱਚੇ ਦਾ ਇਲਾਜ ਕਰਾ ਲਵੇ। ਤੇ ਹੁਣ ਚਲੋ ਪੰਜਾਬ ਵਿੱਚ ਤੇ ਕਈ ਸੰਸਥਾਵਾਂ ਨੇ ਜਿਹੜੀਆਂ, ਪਰ ਕਈ ਸੰਸਥਾਵਾਂ ਨੂੰ ਪਹੁੰਚ ਹੀ ਨਹੀਂ ਪਾਉਂਦੇ, ਮਿਲ ਨਹੀਂ ਸਕਦੇ, ਮਤਲਬ ਉਹ ਆਪਣੀ ਜ਼ਿੰਦਗੀ ਨੂੰ ਮਤਲਬ ਅੱਧ ਵਿਚਾਲੇ ਛੱਡ ਕੇ ਤੇ ਦੁਨੀਆ ਤੋਂ ਚੱਲ ਵਸਦਾ ਵਾ। ਮੈਂ ਸਮਝਣਾ ਇਹ ਦੋਵੇਂ ਚੀਜ਼ਾਂ ਜਿਹੜੀਆਂ ਫ੍ਰੀ ਕਰ ਦੇਣੀਆਂ ਚਾਹੀਦੀਆਂ ਸਰਕਾਰ ਨੂੰ, ਅਤੇ ਬਾਕੀ ਜਿਹੜੇ ਆ ਇਹ ਸੋਰਸ ਪੈਦਾ ਕਰਨੇ ਚਾਹੀਦੇ ਕਿ ਬੱਚਿਆਂ ਨੂੰ ਫ੍ਰੀ ਦੇਣ ਦੀ ਬਜਾਏ ਬੱਚਿਆਂ ਨੂੰ ਨੌਕਰੀਆਂ ਮਿਲਣ, ਅਤੇ ਫਿਰ ਜਿਹੜਾ ਸਾਡਾ ਪੰਜਾਬ ਇਹ ਤਰੱਕੀ ਵੱਲ ਹੋ ਸਕਦਾ। ਬਿਲਕੁਲ ਅਤੇ ਅੱਛਾ ਸਰ, ਤੁਸੀਂ ਮੈਨੂੰ ਹੁਣ ਇਹ ਦੱਸੋ ਕਿ ਆਪਣੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਪੰਚ ਰਹਿ ਚੁੱਕੇ ਜੇ 5 ਸਾਲ, ਅਤੇ ਹੁਣ ਜਿਹੜੀ 2022 ਦੀ ਇਲੈਕਸ਼ਨ ਆ ਰਹੀ ਆ, ਇਹਦੇ ਵਿੱਚ ਤੁਸੀਂ ਅਕਾਲੀ ਦਲ ਨੂੰ ਕਿੰਨੀ ਕੁ ਵੋਟ ਪਾਓਗੇ, ਕਿ ਤੁਹਾਡਾ ਵੋਟ ਜਿਹੜਾ ਕਿੰਨੇ ਕੁ ਪਰਸੈਂਟ 'ਤੇ ਜਿੱਤੇਗਾ? ਵੇਖੋ ਜੀ, ਮੇਰੇ ਪਿੰਡੋਂ ਅਕਾਲੀ ਦਲ ਨੂੰ ਲਗਭਗ 70-80% ਵੋਟ ਪੋਲ ਹੁੰਦੀ ਰਹੀ। ਅੱਛਾ ਜੀ, ਬਿਲਕੁਲ ਜੀ, ਅਤੇ ਇਸੇ ਹਿਸਾਬ ਨਾਲ ਹੀ ਅੱਗੇ ਮੇਰਾ ਖਿਆਲ ਆ ਕਿ ਸ਼ਾਇਦ ਇਸ ਤੋਂ ਵੀ ਤਰੱਕੀ ਕਰਾਂਗੇ, ਜੋ ਹਾਲਾਤ ਕਾਂਗਰਸ ਦੀ ਸਰਕਾਰ ਨੇ ਬਣਾਏ ਨੇ, ਅਤੇ ਉਸ ਹਿਸਾਬ ਨਾਲ ਲੱਗਦਾ ਵੀ ਇਹ ਇਹਨਾਂ ਦੀ ਇਹ ਕੀਤੀ ਹੋਈ ਮਦਦ ਨਾਲ ਆਪਾਂ ਇਹਦੇ ਤੋਂ ਵੀ ਮਦਦ ਦੀ ਜੀ, ਜਦੋਂ ਲੋਕਾਂ ਨੂੰ ਧੱਕੇ ਮਾਰਨੇ ਆ ਅਤੇ ਕੰਮ ਨਹੀਂ ਕਿਸੇ ਦਾ ਕਰਨਾ, ਤਾਂ ਉਹ ਫਿਰ 5 ਸਾਲ ਦੇ ਲੋਕ ਵੇਖ ਲੈਂਦੇ ਆ, ਅਤੇ 5 ਸਾਲ ਤੋਂ ਬਾਅਦ 'ਚ ਫਿਰ ਚੇਤਾ ਆ ਜਾਂਦਾ ਕਿ ਯਾਰ ਇਸ ਬੰਦੇ ਨੇ ਕੀਤਾ ਕੁਝ। ਅੱਛਾ ਸਰ, MLA ਦੀ ਇਲੈਕਸ਼ਨ ਤੋਂ ਬਾਅਦ ਸਾਲ ਡੇਢ ਸਾਲ ਬਾਅਦ ਫਿਰ ਸਰਪੰਚੀ ਦੀ ਇਲੈਕਸ਼ਨ ਆ ਜਾਣੀ ਹੈ, ਅਤੇ ਆਪਣਾ ਕੀ ਐਤਕਾ ਵਿਚਾਰ ਹੈ ਸਰਪੰਚੀ ਦੀ ਇਲੈਕਸ਼ਨ ਵਾਸਤੇ? ਵੇਖੋ, ਸਰਪੰਚੀ ਦੀ ਇਲੈਕਸ਼ਨ ਵਾਲੀ ਜਿਹੜੀ ਗੱਲ ਹੈ ਨਾ, ਮੈਂ ਤਾਂ ਸਮਝਣਾ ਜਿੱਦਾਂ ਕਾਂਗਰਸ ਨੇ ਸਰਪੰਚ ਬਣਾਏ ਆ ਨਾ, ਇਹ ਕੋਈ ਵੀ ਸਰਕਾਰ ਇਹੋ ਜਿਹਾ ਕੰਮ ਕਿਸੇ ਨੂੰ ਨਹੀਂ ਕਰਨਾ ਚਾਹੀਦਾ, ਇਹਨਾਂ ਕਿਸੇ ਅਕਾਲੀ ਦਲ ਦੇ ਨੂੰ, ਕਿਸੇ ਵੀ ਹੋਰ ਪਾਰਟੀ ਦੇ ਬੰਦੇ ਨੂੰ ਜਾਂ ਸਾਨੂੰ ਵੀ ਲਾ ਲਓ, ਇਹਨਾਂ ਨੇ NOC ਨਹੀਂ ਲੈਣ ਦਿੱਤੀ ਤੁਹਾਨੂੰ, ਬਿਲਕੁਲ ਕਿਸੇ ਨੂੰ ਵੀ ਨਹੀਂ ਲੈਣ ਦਿੱਤੀ ਜੀ। ਅੱਛਾ ਜੀ, ਕਾਂਗਰਸ ਵਾਲਿਆਂ ਨੇ? ਕਾਂਗਰਸ ਇੱਥੇ ਸਾਡੇ ਲੋਕਲ ਮਿਨਿਸਟਰ ਨੇ ਜਿਹੜੇ, ਲੋਕਲ ਮਿਨਿਸਟਰ ਨੇ ਹਦਾਇਤਾਂ ਕੀਤੀਆਂ ਸੀ ਕਿ ਕਿਸੇ ਵੀ ਮੇਰੇ ਤੋਂ ਇਲਾਵਾ ਮੈਨੂੰ ਪੁੱਛਣ ਤੋਂ ਬਿਨਾਂ ਕਿਸੇ ਨੂੰ NOC ਨਹੀਂ ਦੇਣੀ। ਅੱਛਾ ਜੀ, ਸਿਰਫ ਸਾਡਾ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਰਣਜੀਤ ਸਿੰਘ ਸ਼ਕਰੀ, ਉਹਨਾਂ ਨੇ NOC ਲੈ ਲਈ ਸੀ, ਉਹ ਵੀ ਸੰਮਤੀ ਦੇ ਟਾਈਮ ਦੀ ਲੈ ਲਈ ਸੀ, ਅਤੇ ਉਹਨਾਂ ਕੋਲ ਹੈ ਸੀ, ਅਤੇ ਉਹਨਾਂ ਨੇ ਨਾਲ ਪ੍ਰੈਸ ਵਾਲਿਆਂ ਨੂੰ ਫੜ ਕੇ ਪੇਪਰ ਭਰੇ ਸੀ, ਅਤੇ ਉਹਨਾਂ ਦਾ ਵੀ ਬੂਥ ਇਲੈਕਸ਼ਨ ਵਾਲੇ ਦਿਨ ਕੈਪਚਰ ਕਰਕੇ ਅਤੇ ਉੱਥੇ ਜਾਲੀ ਵੋਟਾਂ ਪਾ ਕੇ ਗੁੰਡਾਗਰਦੀ ਕਰਕੇ ਇਹਨਾਂ ਨੇ ਆਪਣਾ ਸਰਪੰਚ ਜਿਤਾਇਆ ਸੀ, ਜੋ ਕਿ ਬਾਅਦ ਵਿੱਚ ਸਾਡੇ ਸੀਨੀਅਰ ਆਗੂ ਨੇ ਹਾਈਕੋਰਟ ਦੇ ਵਿੱਚ ਕੇਸ ਲਾਇਆ, ਉਸ ਤੋਂ ਬਾਅਦ ਵਿੱਚ ਉਹ ਹਾਈਕੋਰਟ ਨੇ ਜਿਹੜਾ ਉਹ SDM ਸਾਹਿਬ ਦੀ ਕੋਰਟ ਨੂੰ ਭੇਜ ਦਿੱਤਾ, ਅਤੇ ਇਸ ਵੇਲੇ ਉਹ ਵੀ ਇਲੈਕਸ਼ਨ ਜਿਹੜੀ ਆ SDM ਦੀ ਸਾਹਿਬ ਦੀ ਕੋਰਟ ਨੇ ਰੱਦ ਕਰ ਦਿੱਤੀ। ਅੱਛਾ ਜੀ, ਉਹ ਇਲੈਕਸ਼ਨ ਹੀ ਰੱਦ ਕਰ, ਇਲੈਕਸ਼ਨ ਰੱਦ ਕਰ ਦਿੱਤੀ ਹੈ ਜੀ, ਅਤੇ ਹੁਣ ਉੱਥੇ ਸ਼ਕਰੀ ਦੇ ਵਿੱਚ ਦੁਬਾਰਾ ਇਲੈਕਸ਼ਨ ਹੋਊਗੀ, ਦੁਬਾਰਾ ਹੋਊਗੀ। ਅਤੇ ਇਹ ਇਲੈਕਸ਼ਨ MLA ਦੀ ਇਲੈਕਸ਼ਨ ਤੋਂ ਪਹਿਲਾਂ ਹੋਊਗੀ ਕਿ ਜਾਂ ਹਾਲੇ ਸਮਾਂ ਹੈਗਾ ਸਰ, ਡਿਕਲੇਅਰ ਹੋਈ ਇਲੈਕਸ਼ਨ? ਨਹੀਂ ਜੀ, ਅਜੇ ਟਾਈਮ ਨਹੀਂ ਰੱਖਿਆ ਕੋਈ ਇਲੈਕਸ਼ਨ ਦਾ, ਮਤਲਬ ਡਿਕਲੇਅਰ ਨਹੀਂ ਹੋਈ, ਡਿਕਲੇਅਰ ਨਹੀਂ ਹੋਈ, ਕਦੋਂ ਹੋਈ? 4-6 ਮਹੀਨੇ ਦਾ ਸਾਰਾ ਟਾਈਮ ਹੁੰਦਾ, ਅਤੇ ਇਸ ਗੱਲ ਨੂੰ ਲਗਭਗ 2 ਮਹੀਨੇ ਹੋ ਗਏ ਆ,
ਜਿਹੜਾ ਮਤਲਬ ਉਹ ਇਲੈਕਸ਼ਨ ਜਿਹੜੀ ਦਾ ਮਤਲਬ ਆ ਫਿਰ ਐਮਐਲਏ ਦੀ ਇਲੈਕਸ਼ਨ ਤੋਂ ਪਹਿਲਾਂ ਹੋ ਜਾਏਗੀ ਸ਼ਾਇਦ ਪਹਿਲਾਂ ਹੋਊਗੀ ਪਹਿਲਾਂ ਹੋ ਜਾਏਗੀ ਮੌਕੇ ਤੇ ਪਤਾ ਲੱਗੂਗਾ ਜੀ ਕੌਣ ਲੜਦਾ ਕੌਣ ਨਹੀਂ ਕਿਉਂਕਿ ਹੁਣ ਇਸ ਵਾਰੀ ਏਦਾਂ ਨਹੀਂ ਹੋਏਗਾ ਕਿ ਕਾਗਜ਼ ਕਿਸੇ ਦੇ ਦੇਖੋ ਜੀ ਅਸੀਂ ਤੇ ਸਾਨੂੰ ਲੰਗਾਹ ਸਾਹਿਬ ਨੇ ਵੀ ਹਮੇਸ਼ਾ ਕਿਹਾ ਪਿੰਡ 'ਚ ਆਧਾਰ ਬਣਾਓ ਹਾਂ ਅਤੇ ਮੇਰਾ ਖਿਆਲ ਆ ਵੀ ਸਰਪੰਚ ਉਹੀ ਬਣਨਾ ਚਾਹੀਦਾ ਜਿਹਨੂੰ ਲੋਕ ਜਾਣ ਲੋਕ ਜਾਣ ਵੀ ਸਰਬਸੰਮਤੀ ਨਾਲ ਤਾਂ ਮੈਂ ਸਰ ਮੰਨਦਾ ਨਹੀਂ ਸਰਪੰਚ ਨੂੰ ਸਰਪੰਚ ਹੋਣਾ ਚਾਹੀਦਾ ਜਿਹੜਾ ਇਲੈਕਸ਼ਨ ਨਾਲ ਬਣਦਾ ਸਰ ਸਰਬਸੰਮਤੀ ਜਿਹੜੀ ਆ ਨਾ ਉਹ ਇੱਕ ਚੀਜ਼ ਹੋਰ ਹੁੰਦੀ ਹੈ ਇਹ ਤਾਂ ਸਰਬਸੰਮਤੀ ਨਹੀਂ ਇਹ ਤਾਂ ਸਬਰ ਸੰਮਤੀ ਹੋ ਗਈ ਸਬਰ ਕਰਨਾ ਪੈ ਗਿਆ ਜੀ ਜਦੋਂ ਫਿਰ ਬੋਲਦੀਆਂ ਕਾਗਜ਼ ਮੌਜੂਦਾ ਸਰਕਾਰ ਨੇ ਕਾਗਜ਼ ਹੀ ਨਹੀਂ ਭਰਨ ਦਿੱਤੇ ਅਤੇ ਫਿਰ ਉੱਥੇ ਪਿੰਡ ਦੇ ਲੋਕਾਂ ਦਾ ਫੈਸਲਾ ਕੀ ਹੋਇਆ ਜਿਹੜੀ ਸਰਪੰਚੀ ਆ ਬਲਾਕ ਸੰਮਤੀ ਆ ਜ਼ਿਲ੍ਹਾ ਪ੍ਰੀਸ਼ਦ ਆ ਜਾਂ ਮਤਲਬ ਲੋਕ ਸਭਾ ਹੁੰਦੀ ਕੋਈ ਵੀ ਇਲੈਕਸ਼ਨ ਹੁੰਦੀ ਆ ਇਹ ਫੈਸਲਾ ਤਾਂ ਲੋਕਾਂ ਨੇ ਦੇਣਾ ਹੁੰਦਾ ਲੋਕ ਰਾਜ ਤਾਂ ਤਾਂ ਕੇ ਮੰਨਿਆ ਜਾਂਦਾ ਅਤੇ ਜੇ ਧੱਕੇ ਨਾਲ ਕਾਗਜ਼ ਨਹੀਂ ਭਰਨ ਦੇਣੇ ਤਾਂ ਉਹ ਤਾਂ ਫਿਰ ਹਾਂਜੀ ਹਾਂਜੀ ਜਿੱਦਾਂ ਪਹਿਲਾਂ ਰਾਜੇ ਕਰਦੇ ਹੁੰਦੇ ਸੀਗੇ ਉਹ ਕੰਮ ਇਹਨਾਂ ਨੇ ਕੀਤਾ ਅਤੇ ਅੱਛਾ ਐਤਕਾਂ ਸਰ ਤੁਹਾਨੂੰ ਲੋਕ ਕਾਫੀ ਜ਼ਿਆਦਾ ਮਤਲਬ ਕਿ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਨੇ ਉਹ ਪਸੰਦ ਕਰ ਇੱਕ ਸੇਵਾ ਸੇਵਾ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਅਤੇ ਬਹੁਤ ਸਰ ਤੁਸੀਂ ਵਧੀਆ ਗੱਲਾਂ ਕੀਤੀਆਂ ਅਤੇ ਬਹੁਤ ਹੀ ਇੱਕ ਸੱਚਾਈ ਵਾਲੀਆਂ ਅਤੇ ਸਾਫ਼ ਬਿਲਕੁਲ ਗੱਲਾਂ ਕੀਤੀਆਂ ਤੁਸੀਂ ਕੋਈ ਤੁਸੀਂ ਇਹ ਨਹੀਂ ਕਿ ਮਤਭੇਦ ਰੱਖ ਕੇ ਕਿਸੇ ਨਾਲ ਜਾਂ ਕਿਸੇ ਦੇ ਵਿਰੋਧ 'ਚ ਬੋਲੇ ਬਿਲਕੁਲ ਤੁਸੀਂ ਉਹ ਗੱਲ ਕੀਤੀਆਂ ਜਿਹੜੀਆਂ ਹੋਈਆਂ ਗੱਲਾਂ ਨੇ ਅਤੇ ਜਿਹੜੇ ਕੰਮ ਹੋਏ ਨੇ ਉਹਨਾਂ ਬਾਰੇ ਤੁਸੀਂ ਸਾਰਾ ਦੱਸਿਆ ਅਤੇ ਉਹ ਕਿੰਨੇ ਕਰਵਾਏ ਨੇ ਇਹ ਵੀ ਤੁਸੀਂ ਦੱਸਿਆ ਅਤੇ ਨਾ ਤੁਸੀਂ ਕਿਸੇ ਦੇ ਖਿਲਾਫ਼ ਬੋਲੇ ਨਾ ਆਪਾਂ ਤੁਹਾਡੇ ਕੋਲ ਕਿਸੇ ਦੇ ਖਿਲਾਫ਼ ਪੁੱਛਿਆ ਅਤੇ ਬਹੁਤ ਵਧੀਆ ਤੁਸੀਂ ਜਿੰਨੀਆਂ ਵੀ ਗੱਲਾਂ ਕੀਤੀਆਂ ਅਤੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜਾ ਤੁਸੀਂ ਸਾਡੇ ਨਾਲ ਆਪਣਾ ਕੀਮਤੀ ਸਮਾਂ ਕੱਢਿਆ ਧੰਨਵਾਦ ਜੀ ਪੰਜਾਬ ਫੋਕਸ ਟੀਵੀ ਦਾ ਜਿਨ੍ਹਾਂ ਨੇ ਟਾਈਮ ਕੱਢਿਆ ਅਤੇ ਮੇਰੇ ਵਰਗੇ ਨਾ ਚੀਜ਼ ਦੀ ਇੰਟਰਵਿਊ ਲਈ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਵੰਤ ਸਿੰਘ ਢਿੱਲੋਂ ਪੰਜਾਬ ਫੋਕਸ ਚੈਨਲ ਤੋਂ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰ